ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਂਪੁਰਖਾਂ ਦੇ ਬਹੁਤ ਜ਼ਿਆਦਾ ਹਰਮਨ ਪਿਆਰੇ, ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ ਮਹਾਂਪੁਰਖ ਉਹ ਵੀ ਪਹੁੰਚ ਚੁੱਕੇ ਨੇ। ਕਿੰਨਾ ਪਿਆਰ ਉਹਨਾਂ ਮਹਾਂਪੁਰਖਾਂ ਦੇ ਨਾਲ ਕਰਦੇ ਨੇ। ਜਿਸ ਦਿਨ ਮਹਾਂਪੁਰਖਾਂ ਨੇ ਸਰੀਰ ਛੱਡਿਆ, ਇਹਨਾਂ ਮਹਾਂਪੁਰਖਾਂ ਦਾ ਬਾਹਰੋਂ ਫੋਨ ਆਇਆ ਅਮਰੀਕਾ ਤੋਂ, ਗੱਲ ਕਰਨੀ ਇਹਨਾਂ ਵਾਸਤੇ ਬਹੁਤ ਔਖੀ ਸੀ, ਆਵਾਜ਼ ਨਹੀਂ ਸੀ ਨਿਕਲ ਰਹੀ। ਖੈਰ ਅਮੈਰੀਕਾ ਤੋਂ ਮਹਾਂਪੁਰਖਾਂ ਨੇ ਉਸੇ ਟਾਈਮ ਫਲਾਈਟ ਲਈ, ਅੱਜ ਸਿੱਧੇ ਏਅਰਪੋਰਟ ਤੋਂ ਇਸ ਸਥਾਨ 'ਤੇ ਪਹੁੰਚੇ ਨੇ। ਤੋ ਉਹਨਾਂ ਦੇ ਵੀ ਰਿਣੀ ਆ। ਹੁਣ ਆਪ ਜੀ ਦੇ ਸਾਹਮਣੇ ਬਾਬਾ ਸਰਬਜੀਤ ਸਿੰਘ ਸੰਧੂਆਂ ਵਾਲੇ, ਉਹਨਾਂ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਦੇ ਨਾਲ ਕੀਰਤਨ ਰਾਹੀਂ ਸਾਂਝ ਪਾਉਣ, ਸ਼ਰਧਾ ਭਾਵਨਾ ਪਿਆਰ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਯੋਗੀ ਨਾ ਜੀਏ ਜੀਏ ਤੰਬੋਰਾ ਹੋ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਤਨ ਲੱਗੀਆਂ ਕੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਕੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜ਼ਿੰਦਗੀ ਕੌਣ ਜਾਣਦਾ। ਭਗਤ ਅਨੀਆਂ ਲੇਤੀ ਸਾਧ ਸੰਗਤ, ਆਪਾਂ ਸਾਰੇ ਹੀ ਬੜੇ ਵੈਰਾਗ ਦੇ ਵਿੱਚ ਅੱਜ ਇਸ ਪਾਵਨ ਅਸਥਾਨ 'ਤੇ, ਜਿੱਥੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਂਪੁਰਖ ਈਸ਼ਵਰੀ ਮਰਿਆਦਾ ਨੂੰ ਪੂਰੇ ਕਰਦਿਆਂ ਹੋਇਆਂ ਪੰਜ ਭੌਤਿਕ ਦੇਹੀ ਦਾ ਤਿਆਗ ਕੀਤਾ ਹੈ ਔਰ ਮਹਾਂਪੁਰਸ਼ਾਂ ਦੇ ਸਰੀਰ ਦੇ ਦਰਸ਼ਨ ਕਰਨ ਵਾਸਤੇ ਅਸੀਂ ਤੁਸੀਂ ਸਾਰੇ ਹੀ ਪ੍ਰੇਮ ਸਹਿਤ ਵਿਰਾਗ ਵਿੱਚ ਪਹੁੰਚੇ ਹੋ। ਸਤਿਪੁਰਸ਼ ਵਾਹਿਗੁਰੂ ਦੀ ਮਰਿਆਦਾ ਨੂੰ ਪੂਰਾ ਕਰਦੇ ਹਨ। ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਸੰਸਾਰ ਵਿੱਚ ਭੇਜੇ ਹੋਏ ਆਉਂਦੇ ਹਨ ਔਰ ਵਾਹਿਗੁਰੂ ਦੀ ਡਿਊਟੀ ਨੂੰ ਪੂਰਾ ਕਰਦਿਆਂ
ਔਰ ਡਿਊਟੀ ਕੀ ਆਪ ਨਾਮ ਜਪਣਾ ਦੂਜਿਆਂ ਨੂੰ ਜਪਾਉਣਾ ਜਿਵੇਂ ਮਹਾਂਪੁਰਸ਼ਾਂ ਨੇ ਸਾਰੀ ਉਮਰ ਹੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਆਪ ਗੁਰੂ ਗੁਰੂ ਜਪਿਆ ਸਾਸੋਂ ਸਾਨੂੰ ਵੀ ਇਹੀ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਪ੍ਰੇਮ ਸਹਿਤ ਸਿਖਾਉਂਦੇ ਰਹੇ ਔਰ ਵੈਰਾਗ ਦਾ ਸਮਾਂ ਹੈ ਸਾਸੋਂ ਬਹੁਤਾ ਕੁਛ ਬੋਲਣ ਦਾ ਵਿਚਾਰ ਦਾ ਸਮਾਂ ਨਹੀਂ ਕਿਉਂਕਿ ਵਕਤ ਹੀ ਇਹੋ ਜਿਹਾ ਹੈ ਸੰਗਤਾਂ ਦਾ ਵੈਰਾਗ ਸੰਗਤਾਂ ਦਾ ਪ੍ਰੇਮ ਦੇਖ ਕੇ ਸਾਸੋਂ ਮਨ ਦੇ ਵਿੱਚ ਇੱਕ ਉਹ ਵਿਚਾਰ ਕਿ ਸਤਿਪੁਰਸ਼ਾਂ ਨੇ ਕਿਵੇਂ ਜੀਵਨ ਆਪਣੇ ਪਿਆਰੇ ਦੇ ਭਾਵ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲਿਆਂ ਦੇ ਪ੍ਰੇਮ ਦੇ ਵਿੱਚ ਵੈਰਾਗ ਦੇ ਵਿੱਚ ਗੁਜ਼ਾਰਿਆ ਕਈ ਦੀਵਾਨ ਸਤਿਪੁਰਸ਼ਾਂ ਦੇ ਸੁਣੇ ਜਦੋਂ ਵੀ ਸੰਤ ਮਹਾਰਾਜ ਦਾ ਨਾਮ ਰਸਨਾ ਅਤੇ ਆਉਂਦਾ ਮਹਾਂਪੁਰਸ਼ਾਂ ਦੇ ਉਦੋਂ ਹੀ ਵੈਰਾਗ ਵਿੱਚ ਆ ਜਾਂਦੇ ਸਾਸ ਜੋ ਆਖਰੀ ਬਰਸੀ ਸਮਾਗਮ ਇੱਥੇ ਆਪ ਸੰਗਤਾਂ ਨੇ ਵੀ ਦਰਸ਼ਨ ਕੀਤੇ ਬਚਨ ਸੁਣੇ ਸੰਤ ਮਹਾਰਾਜ ਦਾ ਨਾਮ ਲੈਂਦਿਆਂ ਹੀ ਵੈਰਾਗ ਦੇ ਵਿੱਚ ਆ ਜਾਂਦੇ ਇਤਨਾ ਪ੍ਰੇਮ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲਿਆਂ ਦਾ ਔਰ ਇਤਨੀ ਸ਼ਰਧਾ ਇਹੋ ਜਿਹਾ ਜੀਵਨ ਦੇ ਕੇ ਸਾਸੋਂ ਸੀਸ ਝੁਕਦਾ ਹੈ ਔਰ ਇਹੋ ਜਿਹਾ ਪ੍ਰਚਾਰ ਗੁਰਸਿੱਖੀ ਦਾ ਸਾਰੀ ਉਮਰ ਕੀਤਾ ਲੱਖਾਂ ਦੀ ਤਾਦੀ ਦੇਵੀ ਸੰਗਤਾਂ ਨੂੰ ਸਾਸੋਂ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਰਿਹਾ ਹੈ ਔਰ ਦਾਸ ਬਸ ਇੱਕ ਬਚਨ ਸਤਿਪੁਰਸ਼ਾਂ ਦਾ ਸਾਂਝਾ ਕਰਕੇ ਆਪਣੀ ਬਾਣੀ ਨੂੰ ਬਿਆਨ ਇੱਥੇ ਹੀ ਦੇਵਾਂਗੇ ਅੱਗੇ ਵੀ ਪ੍ਰੇਮ ਨਾਲ ਮਹਾਂਪੁਰਸ਼ ਬਾਬਾ ਜੀ ਪੰਜ ਭੈਣੀਆਂ ਵਾਲੇ ਸਤਿਪੁਰਸ਼ ਬੜੇ ਵੈਰਾਗ ਦੇ ਵਿੱਚ ਕਿਉਂਕਿ ਬੜੇ ਲੰਬੇ ਸਮੇਂ ਤੋਂ ਪ੍ਰੇਮ ਉਹ ਪ੍ਰੇਮ ਦੇ ਵਿੱਚ ਵੈਰਾਗ ਵਿੱਚ ਉਹ ਵੀ ਪਹੁੰਚੇ ਹਨ ਹੋਰ ਬੇਅੰਤ ਸੰਗਤਾਂ ਸਾਰਿਆਂ ਦਾ ਹੀ ਹਿਰਦਾ ਸਾਸ ਸਾਰਿਆਂ ਦੀ ਅੰਦਰਲਾ ਹਾਲ ਉਹ ਪੁੱਛਿਆ ਅਨੁਭਵ ਕੀਤਾ ਹੀ ਜਾ ਸਕਦਾ ਹੈ ਲਾਗੀ ਹੋਏ ਸੋ ਜਾਣੇ ਵੀ ਜਿਸ ਨੂੰ ਲੱਗੀ ਹੈ ਉਹੀ ਜਾਣਦਾ ਹੈ ਸੰਤ ਮਹਾਰਾਜ 'ਤੇ ਕਿਹੋ ਜਿਹੀ ਸ਼ਰਧਾ ਇੱਕ ਬਚਨ ਮਹਾਂਪੁਰਸ਼ਾਂ ਦਾ ਦਾਸ ਨੇ ਆਲੋ ਵਾਲ ਦੀ ਧਰਤੀ 'ਤੇ ਜਦੋਂ ਸੰਤ ਮਹਾਰਾਜ ਦਾ ਉੱਥੇ ਪ੍ਰਕਾਸ਼ ਲਿਆਉਂਦਾ ਹੁੰਦਾ ਉੱਥੇ ਦੀਵਾਨ ਵਿੱਚ ਸਤਿਪੁਰਸ਼ਾਂ ਨੇ ਬੋਲਿਆ ਔਰ ਉਹ ਬਚਨ ਸੁਣ ਕੇ ਦਾਸ ਸੰਗਤਾਂ ਦੀ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਕਹਿ ਰਿਹਾ ਦਾਸ ਦੇ ਨੇਤਰਾਂ ਵਿੱਚੋਂ ਵੀ ਜਲ ਆਇਆ ਇਤਨੀ ਸ਼ਰਧਾ ਇਤਨੀ ਭਾਵਨਾ ਇਤਨਾ ਪ੍ਰੇਮ ਕਹਿੰਦੇ ਇੱਕ ਬੱਚੀ ਹੁੰਦੀ ਹੈ ਕੋਈ ਲੜਕੀ ਹੁੰਦੀ ਹੈ ਜੋ ਕਮਲੀ ਹੋਵੇ ਇਹ ਸੰਤ ਬਾਬਾ ਮਾਨ ਸਿੰਘ ਜੀ ਮਹਾਂਪੁਰਖਾਂ ਨੇ ਆਲੋਵਾਲ ਦੀ ਧਰਤੀ 'ਤੇ ਬਚਨ ਕੀਤੇ ਸਨ ਕਹਿੰਦੇ ਕੋਈ ਲੜਕੀ ਹੋਵੇ ਉਹ ਹੋਵੇ ਕਮਲੀ ਪਰ ਉਸਦਾ ਪੀਕਾ ਘਰ ਜੋ ਹੈ ਬਾਪ ਉਸਦਾ ਡਾਢਾ ਤਕੜਾ ਹੋਵੇ ਕਹਿੰਦੇ ਉਹ ਕਮਲੀ ਨੂੰ ਵੀ ਵਸਾ ਦਿੰਦਾ ਹੈ ਫਿਰ ਅੱਗੇ ਬਚਨ ਕੀਤੇ ਕਹਿੰਦੇ ਮੈਂ ਹਾਂ ਕਮਲੀ ਮੇਰਾ ਪਿਓ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲੇ ਬਹੁਤ ਤਕੜੇ ਡਾਢਾ ਪਿਓ ਹੈ ਮੇਰਾ ਮੈਂ ਤਾਂ ਆਪਣੇ ਪਿਓ ਦਾ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲਿਆਂ ਵੱਲ ਇਸ਼ਾਰਾ ਕਰਕੇ ਕਿਹਾ ਮੈਂ ਤਾਂ ਕਮਲੀ ਨੂੰ ਵਸਾਇਆ ਹੋਇਆ ਸੰਤ ਮਹਾਰਾਜ ਨੇ ਇਤਨਾ ਪ੍ਰੇਮ ਇਤਨਾ ਵੈਰਾਗ ਅੱਜ ਦਾਸ ਸਾਸਨ ਇਹ ਨਿਸ਼ਚੇ ਨਾਲ ਕਹਿ ਸਕਦਾ ਰਾਸਤੇ ਵਿੱਚ ਵੀ ਸਿੰਘਾਂ ਨਾਲ ਬਚਨ ਹੁੰਦੇ ਆਏ ਕਿ ਇਤਨਾ ਪ੍ਰੇਮ ਸੀ ਸੰਤ ਮਹਾਰਾਜ ਦਾ ਕਿ ਅੱਜ ਕੋਈ ਸ਼ੱਕ ਵਾਲੀ ਗੱਲ ਨਹੀਂ ਮਹਾਂਪੁਰਸ਼ ਸੰਤ ਮਹਾਰਾਜ ਜੀ ਰਾੜੇ ਸਾਹਿਬ ਵਾਲਿਆਂ ਦੀ ਗੋਦ ਵਿੱਚ ਬੈਠੇ ਹਨ ਸਾਸਨ ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਸੋ ਆਓ ਅੱਜ ਸੰਗਤਾਂ ਦੇ ਵਿੱਚ ਵੈਰਾਗ ਵਿਰਹ ਭਯੰਗਮ ਮਨ ਵਸੈ ਮੰਤ ਨ ਮਾਨੈ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਸੰਗਤਾਂ ਦੀ ਹਾਲਤ ਕੁਛ ਐਸੀ ਸਾਸੰਗ ਇਹ ਵਿਰਹੋ ਦਾ ਸਰਪ ਜਿਹਨਾਂ ਦੇ ਹਿਰਦੇ ਵਿੱਚ ਵਸ ਗਿਆ ਮੰਤ ਨ ਮਾਨੈ ਕੋਏ ਕਿਸੇ ਉਹ ਮੰਤਰ ਦੇ ਨਾਲ ਵਸ ਨਹੀਂ ਆਉਂਦਾ ਰਾਮ ਵਿਯੋਗੀ ਨਾ ਜੀਏ ਜਿਹਨਾਂ ਦੇ ਅੰਦਰ ਵਿਯੋਗ ਹੈ ਜਿਹਨਾਂ ਦੇ ਅੰਦਰ ਵਿਰਹ ਹੈ ਵੈਰਾਗ ਹੈ ਸਤਿਪੁਰਸ਼ਾਂ ਦਾ ਸਾਸੰਗ ਉਹ ਜੀਏ ਤਾਂ ਬੋਰਾ ਹੋਏ ਐਸੀ ਹਾਲਤ ਹੁੰਦੀ ਹੈ ਸੱਜਣ ਮੇਰੇ ਰੰਗਲੇ ਜੈ ਸੁਤੇ ਜੀ ਰਾਮ ਹਮ ਪੀ ਵੰਜਾ ਡੂਮਣੀ ਰੋਵਾਂ ਚੀਨੀ ਬਣ ਆਓ ਅਧਾਰਨਾ ਪੜ੍ਹ ਕੇ ਸਾਸ ਮਹਾਂਪੁਰਖਾਂ ਦੇ ਚਰਨਾਂ ਵਿੱਚ ਸੀਸ ਚੁਕਾਉਂਦੇ ਹਾਂ ਔਰ ਬੇਨਤੀ ਅਰਦਾਸ ਸਤਿਪੁਰਸ਼ ਜਿਵੇਂ ਦਾ ਤੁਹਾਡਾ ਨਿਸ਼ਚਾ
ਜਿਵੇਂ ਤੁਹਾਡਾ ਪ੍ਰੇਮ ਸੰਤ ਮਹਾਰਾਜ ਜੀ ਨਾਲ, ਜਿਵੇਂ ਤੁਹਾਡੀ ਸ਼ਰਧਾ, ਜੋ ਆਪਣੇ ਬਚਨ ਸਾਨੂੰ ਸਿਖਾਏ ਗੁਰਬਾਣੀ ਵਿੱਚੋਂ, ਅਸੀਂ ਉਹਨਾਂ ਬਚਨਾਂ 'ਤੇ ਚੱਲ ਰਹੇ ਸਕੀਏ, ਇਹ ਅਰਦਾਸ ਹੈ। ਸੱਜਣ ਤੁਰ ਗਏ ਜਿਨਾ ਦੇ ਲੰਗਲੇ ਤਹਾਂ ਰੋਣ ਸੰਗਤਾ, ਸੱਜਣ ਤੁਰ ਗਏ ਜਿਨਾ ਦੇ ਵੀ ਰੰਗਲੇ ਤਹਾਂ ਮਾਰ ਰੋਣ ਸੰਗਤਾ, ਸੱਜਣ ਤੁਰ ਗਏ ਜਿਨਾ ਦੇ ਰੰਗਲੇ ਤਹਾਂ ਮਾਰ ਰੋਣ ਸੰਗਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।